हेलो स्टूडेंट्स बच्चों, जिवें कि आपां सारे जानते हां कि पेपरां दे विच सानू अनसीन पैसेज पाए जांदे हन ते ओ अनसीन पैसेज तुहाडे इस लई पाए जांदे हन ताकि तुहाडी रीडिंग स्किल नू इंप्रूव कीता जावे। तां अज इह वीडियो दा मकसद इही है कि तुहाडे नाल इक पैराग्राफ मैं सांझा करना है जिस नू मैं चंगी तरह रीड करना है ते तुसीं उस नू बिल्कुल चंगी तरह समझण दी कोशिश करनी है अते उस तों बाद जिहड़े ओहदे बनदे क्वेश्चन आंसर्स है उहनां नू तुसीं सॉल्व करना है। हां जी बच्चो, पैराग्राफ की है? नेचर। नेचर किसनु कहंदे ने? कुदरत। नेचर किसनु कहंदे है? कुदरत। नेचर इज रियली ऑसम। ऑसम की हुंदा बेटे? बहुत ज्यादा वधिया, इन्ना वधिया कि जिसनु जिसकी तारीफ लई शब्द घट रह जांदा। तां कुदरत जेड़ी है ओ बेमिसाल हुंदी है, ऑसम हुंदी है, बहुत वधिया हुंदी। वी शुड ट्राई टू स्पेंड सम टाइम इन इट्स कंपनी एवरी डे। तो सानू की कोशिश करनी चाहिदी है कि सानू हर रोज अपनी जिंदगी दा थोड़ा जा समा इस दे नाल बिताउण दी कोशिश करनी चाहिदी है। लुकिंग जस्ट एट द स्टार्स, ट्रीज, रिवर्स, माउंटेन्स एटसेट्रा गिव्स अस इमेंस हैप्पीनेस। क्योंकि जदों असीं स्टार्स वल देखते हैं, स्टार्स की हुंदा है? तारे। ट्रीज रुख, रिवर्स नदियां, माउंटेन्स पहाड़, ए जेड़ी सारियां कुदरती चीजां हन, जदों असीं इन्हां वल देखदे हां तां इह सानूं बहुत ज्यादा खुशी दिंदियां हन। इमेंस दा मतलब बहुत ज्यादा, हैप्पीनेस दा मतलब खुशी। द बेस्ट टाइम टू बी विद द नेचर इज द मॉर्निंग टाइम। तां जदों सब तों वधिया समां जेड़ा कुदरत नाल गुजारना हुंदा है उह जे आपां दिन दे विच देखिए तां सवेर दा समां हुंदा है। ਕਿਹੜਾ ਹੁੰਦਾ? ਸਵੇਰ ਦਾ ਸਮਾਂ ਹੁੰਦਾ ਹੈ ਜੋ ਕੁਦਰਤ ਦਾ ਨਜ਼ਾਰੇ ਲੁੱਟਣ ਲਈ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ। ਦੋਸ ਪੀਪਲ ਆਰ ਰੀਅਲੀ ਫੋਰਚੂਨੇਟ ਹੂ ਮੈਨੇਜ ਟੂ ਵੇਕ ਅਪ ਅਰਲੀ ਇਨ ਦਾ ਮਾਰਨਿੰਗ ਟੂ ਇੰਜੋਏ ਦਾ ਡੌਨ। ਹਾਂਜੀ ਬੇਟੇ, ਦੋਸ ਪੀਪਲ ਦਾ ਮਤਲਬ ਕੀ ਹੈ? ਉਹ ਲੋਕ ਬੜੇ ਖੁਸ਼ਕਿਸਮਤ ਹੁੰਦੇ ਹਨ। ਫੋਰਚੂਨੇਟ ਦਾ ਮਤਲਬ ਕੀ ਹੁੰਦਾ? ਖੁਸ਼ਕਿਸਮਤ, ਜਿਹੜੇ ਕਿ ਰੋਜ਼ ਸਵੇਰ ਜਲਦੀ ਉੱਠਦੇ ਹਨ ਅਤੇ ਜਿਹੜਾ ਸਵੇਰ ਦਾ ਸਮੇਂ ਦਾ ਉਹ ਆਨੰਦ ਲੈਂਦੇ ਹਨ। ਹਾਂਜੀ ਬੇਟੇ, ਨੈਕਸਟ ਕੀ ਹੈ? ਇਨ ਫੈਕਟ ਇਟ ਇਜ਼ ਅ ਮੋਸਟ ਪੀਸਫੁਲ ਟਾਈਮ ਐਨੀਵਨ ਕੈਨ ਗੈਟ ਇਨ ਅ ਡੇ। ਤਾਂ ਜਿਹੜਾ ਸਵੇਰ ਦਾ ਸਮਾਂ ਹੁੰਦਾ ਹੈ ਉਹ ਅਸਲ ਦੇ ਵਿੱਚ ਪੂਰੇ ਦਿਨ ਦਾ ਸਭ ਤੋਂ ਜਿਆਦਾ ਸ਼ਾਂਤਮਈ ਸਮਾਂ ਹੁੰਦਾ ਹੈ। ਪੀਸਫੁਲ ਦਾ ਮਤਲਬ ਕੀ ਹੁੰਦਾ? ਸ਼ਾਂਤਮਈ। ਪੀਸਫੁਲ ਦਾ ਮਤਲਬ ਕੀ ਹੁੰਦਾ? ਸ਼ਾਂਤਮਈ। ਤਾਂ ਇਫ ਯੂ ਰੀਅਲੀ ਵਾਂਟ ਟੂ ਡਿਵੈਲਪ ਯੂਰ ਪਰਸਨੈਲਿਟੀ, ਕਹਿੰਦੇ ਜੇ ਤੁਸੀਂ ਆਪਣੀ ਸ਼ਖਸੀਅਤ ਨੂੰ ਨਿਖਾਰਨਾ ਚਾਹੁੰਦੇ ਹੋ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਲਿਵ ਵਿਦ ਨੇਚਰ। ਤਾਂ ਸਾਨੂੰ ਕਿਹਦੇ ਨਾਲ ਰਹਿਣਾ ਚਾਹੀਦਾ ਹੈ? ਕੁਦਰਤ ਦੇ ਨਾਲ ਰਹਿਣਾ ਚਾਹੀਦਾ ਹੈ। ਇਟ ਆਲਸੋ ਹੈਜ਼ ਆਨਸਰਸ ਟੂ ਥਾਊਜ਼ੈਂਡਸ ਆਫ ਯੂਰ ਕੁਐਸਚਨਸ, ਕਹਿੰਦੇ ਇਹਦੇ ਕੋਲ ਨਾ ਕੁਦਰਤ ਕੋਲ ਸਾਡੇ ਕਈ ਹਜ਼ਾਰ ਸਵਾਲਾਂ ਦੇ ਵੀ ਜਵਾਬ ਹੁੰਦੇ ਨੇ। ਕਈ ਵਾਰੀ ਕੀ ਹੁੰਦਾ, ਮਨ ਪਰੇਸ਼ਾਨ ਹੋ ਜਾਂਦਾ ਹੈ। ਤੁਸੀਂ ਦੇਖਿਆ ਹੋਊਗਾ ਕਿ ਆਪਾਂ ਥੋੜੀ ਦੇਰ ਜਾ ਕੇ ਦਰਖਤ ਕੋਲ ਬੈਠ ਜਾਈਏ ਜਾਂ ਰਿਵਰ ਦੇ ਚੱਲਦੇ ਪਾਣੀ ਕੋਲ ਬੈਠ ਜਾਈਏ ਤਾਂ ਆਪਣੀ ਜਿਹੜਾ ਮਨ ਜਿਹੜਾ ਹੈ ਨਾ ਉਹ ਸ਼ਾਂਤ ਹੋ ਜਾਂਦਾ ਹੈ। ਤਾਂ ਬਹੁਤ ਸਾਰੇ ਕੁਐਸਚਨਸ ਦੇ ਜਿਹੜੇ ਸਾਨੂੰ ਜਵਾਬ ਜਿਹੜਾ ਹੈ ਕੁਦਰਤ ਸਾਨੂੰ ਦੇ ਦਿੰਦੀ ਹੈ। ਸਮ ਪੀਪਲ ਆਲਸੋ ਫੀਲ ਸਪਿਰਚੁਅਲ ਵਾਈਬ੍ਰੇਸ਼ਨਸ ਇਨ ਦਾ ਕੰਪਨੀ ਆਫ ਨੇਚਰ, ਕਹਿੰਦੇ ਕੁਝ ਲੋਕ ਤਾਂ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਅਧਿਆਤਮਿਕ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਕੁਦਰਤ ਦੇ ਨਾਲ ਬਹਿ ਕੇ। ਮਤਲਬ ਉਹ ਪਰਮਾਤਮਾ ਨਾਲ ਜੁੜ ਜਾਂਦੇ ਨੇ, ਜਦੋਂ ਉਹ ਜ਼ਿਆਦਾ ਜਿੰਨਾ ਜ਼ਿਆਦਾ ਸਮਾਂ ਕੁਦਰਤ ਨਾਲ ਰਹਿੰਦੇ ਨੇ ਤਾਂ ਉਹ ਪਰਮਾਤਮਾ ਨਾਲ ਜੁੜ ਜਾਂਦੇ ਨੇ। ਸੋ ਜਸਟ ਲਵ ਨੇਚਰ ਐਂਡ ਇੰਜੋਏ ਬੀਇੰਗ ਅ ਪਾਰਟ ਆਫ ਇਟ। ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਕੁਦਰਤ ਨੂੰ ਪਿਆਰ ਕਰਨਾ ਚਾਹੀਦਾ ਹੈ ਅਤੇ ਅਸੀਂ ਖੁਦ ਇੱਕ ਪੂਰੀ ਬ੍ਰਹਿਮੰਡ ਦੇ ਅਸੀਂ ਇੱਕ ਹਿੱਸਾ ਹਾਂ। ਤਾਂ ਸਾਨੂੰ ਇਹ ਇਸ ਚੀਜ਼ ਦੇ ਮਾਣ ਮਹਿਸੂਸ ਹੋਣਾ ਚਾਹੀਦਾ ਹੈ, ਇੰਜੋਏ ਕਰਨਾ ਚਾਹੀਦਾ ਹੈ ਕਿ ਅਸੀਂ ਕੁਦਰਤ ਦੇ ਇੱਕ ਹਿੱਸਾ ਹਾਂ। ਛੋਟਾ ਜਿਹਾ ਚਾਹੇ ਛੋਟਾ ਜਿਹਾ ਹੀ ਪਾਰਟ ਹਾਂ ਪਰ ਅਸੀਂ ਕੁਦਰਤ ਦਾ, ਇੰਨੀ ਖੂਬਸੂਰਤ ਕੁਦਰਤ ਦਾ ਅਸੀਂ ਖੁਦ ਵੀ ਇੱਕ ਪਾਰਟ। ਹਾਂਜੀ ਬੱਚਿਓ, ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਪੈਰਾਗ੍ਰਾਫ ਜਿਹੜਾ ਹੈ ਉਹ ਬਿਲਕੁਲ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਕਈ ਪੈਰਾਗ੍ਰਾਫ ਦੇ ਵਿੱਚ ਸ਼ਬਦ ਬਿਲਕੁਲ ਨਏ ਹੋਣਗੇ ਤੁਹਾਡੇ ਲਈ ਤੇ ਉਹ ਤੁਹਾਨੂੰ ਸਮਝ ਆਇਆ ਹੋਊਗਾ ਉਹਨਾਂ ਦਾ ਮੀਨਿੰਗ ਕੀ ਹੈ। ਹੁਣ ਮੈਂ ਉਸ ਪੈਰਾਗ੍ਰਾਫ ਦੇ ਨਾਲ ਰਿਲੇਟਡ ਕੁਐਸਚਨ ਤੁਹਾਨੂੰ ਕਰਵਾਉਣ ਜਾ ਰਹੀ ਹਾਂ ਤੇ ਇਹ ਤੁਹਾਡਾ ਹੋਮਵਰਕ ਹੈ ਬੇਟੇ। ਇਹ ਆਨਸਰਸ ਮੈਂ ਇਹਦੇ ਨਹੀਂ ਦਊਂਗੀ, ਤੁਸੀਂ ਮੈਨੂੰ ਇਹ ਤੁਹਾਡਾ ਹੋਮਵਰਕ ਹੈ, ਤੁਸੀਂ ਮੈਨੂੰ ਇਸ ਕੰਟੈਕਟ ਨੰਬਰ ਤੇ 7009104153 ਇਹ ਮੇਰਾ ਖੁਦ ਦਾ ਪਰਸਨਲ ਨੰਬਰ ਹੈ, ਤੁਸੀਂ ਇਹ ਵਟਸਐਪ ਨੰਬਰ ਹੈ ਤੇ ਤੁਸੀਂ ਇਸ ਨੰਬਰ ਤੇ ਮੈਨੂੰ ਇਹਨਾਂ ਕੁਐਸਚਨਸ ਦੇ ਆਨਸਰਸ ਲਿਖ ਕੇ ਭੇਜ ਸਕਦੇ ਹੋ।
ਤੇ ਕੋਈ ਜਰੂਰੀ ਨਹੀਂ ਹੈਗਾ ਕਿ ਤੁਸੀਂ ਮੇਰੇ ਹੀ ਸਕੂਲ ਦੇ ਵਿਦਿਆਰਥੀ ਹੋ, ਤੁਸੀਂ ਪੰਜਾਬ ਦੇ ਕਿਸੇ ਵੀ ਸਕੂਲ ਦੇ ਵਿਦਿਆਰਥੀ ਹੋ ਸਕਦੇ ਹੋ, ਤੇ ਤੁਹਾਨੂੰ ਮੈਨੂੰ ਬੜੀ ਖੁਸ਼ੀ ਮਿਲੇਗੀ ਕਿ ਜੇਕਰ ਤੁਸੀਂ ਮੈਨੂੰ ਇਹਨਾਂ ਕੁਐਸਚਨ ਦੇ ਆਨਸਰ, ਤੁਸੀਂ ਮੇਰੀ ਵੀਡੀਓ ਨੂੰ ਦੇਖੋਗੇ, ਪੈਰਾਗ੍ਰਾਫ ਨੂੰ ਸਮਝੋਗੇ, ਤੇ ਉਸ ਤੋਂ ਬਾਅਦ ਇਹਨਾਂ ਕੁਐਸਚਨ ਦੇ ਆਨਸਰ ਮੈਨੂੰ ਲਿਖ ਕੇ ਭੇਜੋਗੇ, ਠੀਕ ਹੈ? ਤੁਹਾਡੇ ਡੈਫੀਨੇਟਲੀ ਉਹ ਜਿਹੜੇ ਆਨਸਰ ਹੈ ਉਹ ਕਰੈਕਟ ਕਰਕੇ ਮੇਰੇ ਦੁਆਰਾ ਭੇਜੇ ਜਾਣਗੇ। ਹਾਂਜੀ, ਜਿਹੜਾ ਕੁਐਸਚਨ ਹੈ ਬੇਟੇ ਧਿਆਨ ਨਾਲ ਦੇਖੋ, ਨੇਮ ਦ ਥਿੰਗਸ ਦੈਟ ਕੈਨ ਗਿਵ ਅਸ ਇਮੈਂਸ ਹੈਪੀਨੈਸ। ਤਾਂ ਇਸ ਪੈਰਾਗ੍ਰਾਫ ਦੇ ਵਿੱਚ ਕੁਝ ਅਜਿਹੀਆਂ ਚੀਜ਼ਾਂ ਦਾ ਵਰਣਨ ਕੀਤਾ ਗਿਆ ਹੈ ਜੋ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਦਿੰਦੀਆਂ ਹਨ, ਉਹ ਕਿਹੜੀਆਂ ਚੀਜ਼ਾਂ ਹਨ? ਨੈਕਸਟ ਕੁਐਸਚਨ ਕੀ ਹੈ? ਅਕੋਰਡਿੰਗ ਟੂ ਦਿਸ ਪੈਰਾਗ੍ਰਾਫ ਹਾਊ ਕੈਨ ਵੀ ਬਿਕਮ ਫੋਰਚੁਨੇਟ। ਹੁਣ ਇਹਦੇ ਵਿੱਚ ਕੁਝ ਫੋਰਚੁਨੇਟ ਕਿਸਮਤ ਵਾਲੇ ਲੋਕਾਂ ਦਾ ਜ਼ਿਕਰ ਕੀਤਾ ਗਿਆ ਹੈ, ਉਹ ਕਿਸਮਤ ਵਾਲੇ ਹੁੰਦੇ ਹਨ, ਕਿਉਂ ਹੁੰਦੇ ਹਨ, ਤੇ ਅਸੀਂ ਕਿਵੇਂ ਕਿਸਮਤ ਵਾਲੇ ਬਣ ਸਕਦੇ ਹਾਂ? ਵਟ ਸ਼ੁਡ ਵੀ ਡੂ ਟੂ ਡਿਵੈਲਪ ਆਰ ਪਰਸਨੈਲਿਟੀ। ਸਾਨੂੰ ਆਪਣੀ ਸ਼ਖਸੀਅਤ ਨੂੰ ਨਿਖਾਰਨ ਵਾਸਤੇ ਕੀ ਕਰਨਾ ਚਾਹੀਦਾ ਹੈ? ਅਕੋਰਡਿੰਗ ਟੂ ਦਿਸ ਪੈਰਾਗ੍ਰਾਫ, ਜੋ ਪੈਰਾਗ੍ਰਾਫ ਤੁਸੀਂ ਰੀਡ ਕਰਤਾ ਹੈ ਉਹਦੇ ਹਿਸਾਬ ਨਾਲ ਹੀ ਤੁਸੀਂ ਇਹਨਾਂ ਕੁਐਸਚਨ ਦੇ ਆਨਸਰ ਦੇਣੇ ਹੈ, ਤੇ ਇਸ ਨੰਬਰ ਤੇ ਤੁਸੀਂ ਮੈਨੂੰ ਸੈਂਡ ਕਰਨੇ ਹਨ ਆਨਸਰ। ਇਹ ਤੁਹਾਡਾ ਹੋਮਵਰਕ ਹੈ, ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਵੱਧ ਤੋਂ ਵੱਧ ਬੱਚੇ ਇਸ ਦੇ ਵਿੱਚ ਇਹ ਹੋਮਵਰਕ ਕਰਕੇ ਤੁਸੀਂ ਮੈਨੂੰ ਮੇਰੇ ਨੰਬਰ ਤੇ ਭੇਜੋਗੇ, ਤੇ ਥੈਂਕ ਯੂ ਬੱਚੇ। ਹੈਲੋ ਸਟੂਡੈਂਟਸ, ਬੱਚਿਓ, ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਵਿਭਾਗ ਵੱਲੋਂ ਲਗਾਤਾਰ ਆਪਣੀ ਤੋਂ ਇੰਗਲਿਸ਼ ਸਪੀਕਿੰਗ ਵੀਡੀਓ ਸਿਟੀ ਮਾਨ ਕੀਤੀ ਜਾ ਰਹੀ ਹੈ। ਤੁਹਾਡੀ ਇਸੇ ਜ਼ਰੂਰਤ ਨੂੰ ਮੱਦੇਨਜ਼ਰ ਰੱਖਦੇ ਹੋਏ ਮੇਰੇ ਦੁਆਰਾ ਇੱਕ ਛੋਟੀ ਜਿਹੀ ਪ੍ਰੈਜੈਂਟੇਸ਼ਨ ਤਿਆਰ ਕੀਤੀ ਗਈ ਹੈ। ਤੁਸੀਂ ਇਸ ਟੌਪਿਕ ਨੂੰ ਧਿਆਨ ਨਾਲ ਸੁਣਨਾ ਹੈ, ਅਤੇ ਉਸ ਤੋਂ ਬਾਅਦ ਇਸੇ ਟੌਪਿਕ ਤੇ ਜਾਂ ਕੋਈ ਹੋਰ ਨਵੇਂ ਟੌਪਿਕ ਤੇ ਆਪਣੀ ਵੀਡੀਓ ਤਿਆਰ ਕਰਨੀ ਹੈ ਅਤੇ ਮੈਨੂੰ ਸੈਂਡ ਕਰਨੀ ਹੈ। Today my topic is nature. Nature is really awesome. We should try to spend some time in its company every day, looking just at the stars, mountains, rivers, trees, etc. gives us immense happiness. The best time to be with nature is the morning time. Those people are really fortunate who manage to wake up early in the morning to enjoy the dawn. In fact, it's the most peaceful time anyone can get in a day. If you really want to develop your personality, live with nature. It can make you feel more powerful and energetic. Some people also feel spiritual vibrations in the company of nature. It has also answers to thousands of your questions too. So, love nature and enjoy being a part of it. Thank you very much. ਹਾਂਜੀ ਬੱਚੋ, ਮੈਨੂੰ ਪੂਰੀ ਉਮੀਦ ਹੈ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਸੁਣੋਗੇ ਅਤੇ ਉਸ ਤੋਂ ਬਾਅਦ ਆਪਣੀ ਇੱਕ ਪ੍ਰੈਜੈਂਟੇਸ਼ਨ ਤਿਆਰ ਕਰਕੇ ਜਲਦੀ ਤੋਂ ਜਲਦੀ ਮੈਨੂੰ ਸੈਂਡ ਕਰੋ। ਥੈਂਕ ਯੂ ਬੱਚੇ, ਬਾਏ।